ਸਾਂਝ ਯੂਨੀਅਨ ਦੁਆਬਾ ਸਰਕਲ ਫਗਵਾੜਾ ਪਿੰਡ ਨਰੂੜ ਪਿੰਡ ਨਰੂੜ ਵਾਲਿਆਂ ਦਾ ਇੱਥੇ ਲੰਗਰ ਚੱਲ ਰਿਹਾ ਹੈਗਾ। ਕਿਸਾਨੀ ਮੋਰਚੇ ਦੇ ਉੱਤੇ ਲੰਗਰ ਚਲਾਇਆ ਗਿਆ ਹੈਗਾ। ਹਾਈਵੇ ਪੂਰਾ ਘੇਰਿਆ ਗਿਆ ਹੈਗਾ ਪਿੰਡ ਨਰੂੜ ਵਾਲੇ ਵੱਲੋਂ। ਦੇਖੋ ਕਿੱਦਾਂ ਪਨੀਰ ਦਾ ਲੰਗਰ ਤਿਆਰ ਹੋ ਰਿਹਾ ਹੈ। ਪਨੀਰ ਦੇ ਪਕੌੜੇ ਚੱਲ ਰਹੇ ਨੇ, ਤਿਆਰ ਬਰ ਤਿਆਰ ਤਿਆਰੀਆਂ ਖਿੱਚੀਆਂ ਗਈਆਂ। ਇਹ ਮੋਦੀ ਸਰਕਾਰ ਨੂੰ ਦਿਖਾਉਣ ਵਾਸਤੇ ਹੈ ਕਿ ਅਸੀਂ ਤਾਂ ਇੱਥੇ ਪੱਕੇ ਡੇਰੇ ਲਾ ਲਏ, ਜਦੋਂ ਤੱਕ ਇਹ ਰੱਦ ਨਹੀਂ ਹੁੰਦੇ ਉਦੋਂ ਤੱਕ ਵਾਪਸ ਨਹੀਂ ਜਾਂਦੇ। ਦੇਖੋ ਕਿਸ ਤਰ੍ਹਾਂ ਸਾਰੀ ਸੰਗਤ ਇਕੱਠੀ ਹੋ ਕੇ ਕਿਸਾਨ ਭਰਾ ਸਾਡੇ ਲੱਗੇ ਹੋਏ ਹੈ ਪੂਰੀ। ਕੋਈ ਇੱਥੇ ਕੋਈ ਭੇਦਭਾਵ ਨਹੀਂ ਕਿਸੇ ਵੀ ਤਰ੍ਹਾਂ ਦਾ, ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਸਿੱਖ ਨਹੀਂ, ਕੋਈ ਈਸਾਈ ਨਹੀਂ, ਸਭ ਕਿਸਾਨ ਕਿਸਾਨ ਦੀ ਸਪੋਰਟ ਕਰਨ ਦੇ ਵਿੱਚ ਸਾਰੇ ਤਰ੍ਹਾਂ ਦੇ ਸਾਡੇ ਨਾਲ ਆਏ ਹੋਏ ਆ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੋ? ਸਤਿ ਸ੍ਰੀ ਅਕਾਲ ਜੀ। ਹਾਂਜੀ ਠੀਕ ਹੈ ਜੀ ਜੀ। ਹਾਂਜੀ ਜੀ, ਮੈਂ ਦੇਖ ਰਿਹਾ ਇੱਥੇ ਜਿਹੜੇ ਆਪਣੇ ਨਰੂੜ ਪਿੰਡ ਦੇ ਜਿਹੜੇ ਜਿੰਨੇ ਵੀ ਆਪਣੇ ਨੌਜਵਾਨ ਇੱਥੇ ਕਿਸਾਨ ਭਰਾ ਆਏ ਆ, ਸਾਰਿਆਂ ਦੇ ਵਿੱਚ ਉਤਸ਼ਾਹ ਬਹੁਤ ਹੈ। ਉਤਸ਼ਾਹ ਅਸੀਂ ਹਮੇਸ਼ਾ ਇੱਦਾਂ ਦੇ ਕੰਮਾਂ ਲਈ ਅੱਗੇ ਰਹਿੰਦੇ ਆ ਜੀ ਜੀ। ਪਹਿਲਾਂ ਅਨੰਦਪੁਰ ਸਾਹਿਬ ਉਹਦੇ ਮਹੱਲੇ ਤੇ ਲੰਗਰ ਲੈ ਕੇ ਜਾਂਦੇ ਆ, ਉੱਥੇ ਵੀ ਜਾਈਦਾ ਆ, ਤੇ ਇਹ ਤਾਂ ਸਾਡਾ ਹੁਣ ਹੋਂਦ ਦਾ ਮਸਲਾ ਹੋ ਗਿਆ, ਇਸ ਕਰਕੇ ਅਸੀਂ ਇੱਥੇ ਡਟੇ ਹੋਏ ਆ ਜੀ ਜੀ ਜੀ। ਪੂਰੀ ਚੜ੍ਹਦੀ ਕਲਾ ਦੇ ਵਿੱਚ ਸਾਰੇ ਜੀ ਜੀ ਜੀ। ਪਰਮਾਤਮਾ ਨੂੰ ਅਰਦਾਸ ਕਰਦੇ ਆ ਵੀ ਗੌਰਮੈਂਟ ਸਾਡਾ ਚੁਣੇ, ਜੋ ਅਸੀਂ ਕਿਹੜਾ ਚਾਹੁੰਦੇ ਆ ਜੀ, ਜਿੰਨੇ ਕਾਨੂੰਨ ਕਹਿੰਦੇ ਆ ਉਹ ਸਾਡੇ ਵਾਪਸ ਕੀਤੇ ਜਾਣ। ਅਸੀਂ ਚਾਹੁੰਦੇ ਆ ਵੀ ਮੋਦੀ ਸਰਕਾਰ ਚਾਹੀਦਾ ਵੀ ਜਲਦੀ ਤੋਂ ਜਲਦੀ ਸਾਡੇ ਇਹ ਕਾਨੂੰਨ ਜਿਹੜੇ ਆ ਉਹ ਰੱਦ ਕੀਤੇ ਜਾਣ, ਤਾਂ ਕਿ ਅਸੀਂ ਵੀ ਸੁੱਖ ਸੁਖੀ ਆਪਣੇ ਘਰਾਂ ਦੇ ਵਿੱਚ ਜੀ ਜੀ। ਤੇ ਜਿਸ ਤਰ੍ਹਾਂ ਇੱਥੇ ਸਾਰੀਆਂ ਆਪਣੇ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਗਈਆਂ, ਉਸ ਦੇ ਵਿੱਚ ਯਾਨੀ ਕਿ ਤੁਹਾਨੂੰ ਕਿੰਨੇ ਕੁ ਦਿਨ ਹੋ ਗਏ ਇੱਥੇ ਲਗਾਤਾਰ ਹੀ ਚੱਲ ਰਿਹਾ ਹੈ ਲੰਗਰ ਸੇਵਾ? ਲਗਾਤਾਰ ਚੱਲ ਰਿਹਾ, ਪਹਿਲਾਂ ਮੁੰਡੇ ਆਏ ਸੀਗੇ ਥੋੜੇ। ਅੱਛਾ ਜੀ। ਉਸ ਤੋਂ ਬਾਅਦ ਫਿਰ ਅਸੀਂ ਜੰਗੀ ਪੱਧਰ ਤੇ ਕੰਮ ਸ਼ੁਰੂ ਕਰਤਾ ਜੀ 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 ਜੀ। ਡਟੀਆਂ ਆਪਣੀਆਂ ਲੱਗੀਆਂ ਹੋਈਆਂ ਤੇ ਇਹਨਾਂ ਵਿੱਚ ਹੀ ਅਸੀਂ ਰਾਤ ਨੂੰ ਸੋਜੀ ਦਾ ਤੇ ਬਾਕੀ ਲੰਗਰ ਦਾ ਸਮਾਨ ਜਥਿਆਂ ਦੇ ਵਿੱਚ ਜੀ ਮੁੰਡੇ ਜੀ, ਤੇ ਥੋੜੇ ਥੋੜੇ ਆ ਜਾਂਦੇ ਆ ਤੇ ਚਲੇ ਜਾਂਦੇ ਆ, ਕਿਸਾਨਾਂ ਨੇ ਤਾਂ ਪੂਰੀ ਬੱਲੇ ਬੱਲੇ ਕਰਾਈ ਹੋਈ ਆ। ਇੱਥੇ ਚੱਲ ਰਹੇ ਆ ਪਨੀਰ ਦੇ ਪਕੌੜੇ, ਪਕੌੜੇ ਗਜਰੇਲਾ, ਹਾਂਜੀ ਸਾਡੇ ਕੋਲ ਹਿੰਮਤ ਸਾਡੇ ਕੋਲ ਜੀ 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 ਜੀ। ਤੇ ਬਾਕੀ ਦੇ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਨੂੰ ਤੁਸੀਂ ਕੋਈ ਆਪਣਾ ਸੰਦੇਸ਼ ਦੇਣਾ ਚਾਹੁੰਦੇ ਹੋ? ਨੌਜਵਾਨ ਵੀਰਾਂ ਨੂੰ ਇਹੀ ਆ ਵੀ ਹੋਸ਼ ਨਾਲ ਚੱਲਣਾ ਹੈ ਜੀ, ਹੋਸ਼ ਨਾਲ ਵੀ ਉਸ ਦੀ ਜਦੋਂ ਲੋੜ ਪਈ ਤਾਂ ਜੋਸ਼ ਨਾਲ ਚੱਲਣਾ ਹੈ, ਨਹੀਂ ਤਾਂ ਹੋਸ਼ ਨਾਲ ਹੀ ਚੱਲਣਾ, ਕਿਉਂਕਿ ਬਹੁਤ ਵਧੀਆ ਆ। ਘੱਟੋ ਘੱਟ ਵੀ 8-9 ਕਿਲੋਮੀਟਰ ਲੰਬਾ ਇੱਥੇ ਟਰੈਕਟਰਾਂ ਦਾ ਕਾਫਲਾ ਲੱਗਾ ਹੋਇਆ ਜੀ। ਅਸੀਂ ਸਾਰੇ ਕੱਲ੍ਹ ਦੇ ਘੁੰਮਦੇ ਹਾਂ ਇੱਥੇ ਮਾਤੋਂ ਦੇ, ਤਾਂ ਸਾਨੂੰ ਮਤਲਬ ਕੋਈ ਇੱਦਾਂ ਦਾ ਮਸਲਾ ਨਹੀਂ ਦੱਸਿਆ ਵੀ ਜੇ ਲੜਾਈ ਹੋਵੇ ਜਾਂ ਕੁਛ ਹੋਵੇ ਇੱਦਾਂ ਦਾ ਕੋਈ ਮਸਲਾ ਨਹੀਂ। ਪਹਿਲੀ ਵਾਰੀ ਮਤਲਬ ਇਹੋ ਜਿਹਾ ਅੰਦੋਲਨ ਆ, ਕੋਈ ਹੁੱਲੜਬਾਜ਼ੀ ਨਹੀਂ, ਕੋਈ ਕਿਸੇ ਦੇ ਭੰਨ ਤੋੜ ਨਹੀਂ, ਆਰਾਮ ਨਾਲ ਸ਼ਾਂਤ ਨਾਲ ਸਾਰਾ ਕੰਮ ਚੱਲ ਰਿਹਾ ਜੀ ਜੀ ਜੀ। ਬਸ ਇਹੀ ਸਾਡੀ ਜਿੱਤ ਆ। ਹਾਂਜੀ, ਜਿਸ ਤਰ੍ਹਾਂ ਸਾਨੂੰ ਦੇਖਣ ਨੂੰ ਮਿਲਿਆ ਵੀ ਇੱਥੇ ਜਿਹੜੀਆਂ ਟਰਾਲੀ ਦੀਆਂ ਤਿੰਨ ਤਿੰਨ ਚਾਰ ਚਾਰ ਲਾਈਨਾਂ ਇੱਕ ਇੱਕ ਰੋਡ ਦੇ ਉੱਤੇ ਬਣੀਆਂ ਹੋਈਆਂ, ਇਹ ਕਾਫੀ ਲੰਬਾ ਯਾਨੀ ਕਿ ਹੈਗਾ ਇਹ ਘੱਟੋ ਘੱਟ ਵੀ ਤੁਸੀਂ ਮੰਨ ਲਓ ਵੀ 7-8 ਕਿਲੋਮੀਟਰ ਦਾ ਪੂਰਾ, ਤਿੰਨ ਤਿੰਨ ਚਾਰ ਚਾਰ ਲਾਈਨਾਂ ਲੱਗੀਆਂ ਤੁਸੀਂ ਆਲੇ ਦੁਆਲੇ ਦੇਖੋਗੇ ਜੀ। ਪਰ ਟ੍ਰੈਫਿਕ ਵੀ ਚੱਲ ਰਿਹਾ ਹੈ, ਇੱਕ ਟਰੈਕ ਟ੍ਰੈਫਿਕ ਲਈ ਵਿਹਲਾ ਕੀਤਾ ਹੋਇਆ, ਟ੍ਰੈਫਿਕ ਲਈ ਕੋਈ ਪਰੇਸ਼ਾਨੀ ਨਹੀਂ ਹੈ ਜੀ। ਐਂਡ ਤੋਂ ਲੈ ਕੇ ਜਿੱਥੇ ਤੱਕ ਸਟੇਜ ਆ ਉੱਥੇ ਤੱਕ ਸਮਾਨ ਪਹੁੰਚ ਰਿਹਾ ਹੈ, ਪੂਰੀ ਜੀ ਲੋੜ ਹੈ ਸਾਰਿਆਂ ਨੂੰ, ਉਹ ਸਮਾਨ ਸਾਰਾ ਪਹੁੰਚ ਰਿਹਾ ਜੀ। ਕੋਈ ਲੋੜ ਨਹੀਂ ਹੈ, ਮਤਲਬ ਜੋ ਦੁਨੀਆ ਦੀ ਚੀਜ਼ ਹੁੰਦੀ ਆ ਦੁਨੀਆ ਦੇ ਖਾਣੇ ਨੂੰ ਚੀਜ਼ ਬਣੀ ਆ, ਉਹ ਸਾਰੀ ਚੀਜ਼ ਹੀ ਇੱਥੇ ਅਵੇਲੇਬਲ ਹੈ ਜੀ। ਜਿਹੜੇ ਇੱਥੇ ਦੇ ਲੋਕਲ ਵਾਸੀ ਆ ਉਹਨਾਂ ਦੇ ਬਾਰੇ ਤੁਹਾਡੀ ਕੋਈ ਟਿੱਪਣੀ ਜਾਂ ਵਿਚਾਰ? ਲੋਕਲ ਬੰਦੇ ਵੀ ਸਾਡੀ ਹੈਲਪ ਕਰਦੇ ਆ, ਅੱਜ ਸਵੇਰੇ ਦਿੱਲੀ ਤੋਂ ਬੰਦੇ ਆਏ ਸੀ ਜੀ, ਉਹ ਸੇਵਾ ਦੇ ਵਿੱਚ ਸ਼ਾਮਲ ਹੋ ਗਏ ਆ, ਤੇ ਉਹ ਵੀ ਸ਼ਾਨਦਾਰ ਨੇ ਕਿਹਾ ਕਿ ਉਹਨਾਂ ਨੂੰ ਅਸੀਂ ਆਪਣੀ ਦੱਸੀ ਹੋਈ ਹੈ, ਉਹ ਵੀ ਸਾਡੇ ਨਾਲ ਖੜੇ ਨੇ ਜੀ, ਉਹ ਵੀ ਮਜ਼ਬੂਤੀ ਸਮਝਦੇ ਨੇ ਸਾਡੀ ਕਿ ਚਲੋ ਜੇ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਆ ਥੋੜ੍ਹੀ ਬਹੁਤੀ, ਤਾਂ ਉਹਦੇ ਲਈ ਅਸੀਂ ਉਹਨਾਂ ਤੋਂ ਮਾਫ਼ੀ ਮੰਗ ਰਹੇ ਜੀ, ਪਰ ਇਹ ਸਾਡੀ ਮਜ਼ਬੂਰੀ ਆ ਹੋਣ ਦਾ ਮਸਲਾ ਹੈ ਜੀ। ਬਹੁਤ ਵੱਡੀ ਗੱਲ ਵੀਰ ਜੀ ਨੇ ਦੱਸੀ ਹੈਗੀ ਕਿ
ਸਾਡੀ ਹੋਂਦ ਦਾ ਮਸਲਾ ਹੈਗਾ ਜਿਹੜੀ ਆਪਣੀ ਹੋਂਦ ਦੇ ਮਸਲੇ ਨੂੰ ਲੈ ਕੇ ਅਸੀਂ ਇੱਥੇ ਪਹੁੰਚਿਆਂਗੇ ਤੇ ਇੰਨੀ ਠੰਡ ਦੇ ਵਿੱਚ ਮੀਂਹ ਵੀ ਪੈ ਕੇ ਹਟਿਆ ਮੇਰੇ ਖਿਆਲ ਦੇ ਵਿੱਚ ਹਨ ਹਾਂ ਸਵੇਰੇ ਮੀਂਹ ਵੀ ਬਾਰਿਸ਼ ਵੀ ਹੋਈ ਹੈ ਕਿ ਬਾਰਿਸ਼ ਦੇ ਵਿੱਚ ਕਿਸਾਨ ਭਰਾ ਸਾਡੇ ਡੱਟੇ ਹੋਏ ਨੇ ਕਿ ਉਮੀਦ ਕਰਦੇ ਹਾਂ ਸਰਕਾਰ ਜਲਦੀ ਤੋਂ ਜਲਦੀ ਕਿਸਾਨ ਭਰਾਵਾਂ ਦੀ ਇਹ ਮੰਗ ਪੂਰੀ ਕਰੂਗੀ ਧੰਨਵਾਦ ਵੀਰ ਜੀ।